ਅੱਜ ਨਾਰੇ ਲੱਗਣੇ ਬਣਦੇ ਨਹੀਂ, ਅੱਜ ਜ਼ਿੰਦਾਬਾਦ ਜ਼ਿੰਦਾਬਾਦ ਹੋਣੀ ਬਣਦੀ ਹੈ, ਅੱਜ ਜਸ਼ਨ ਮਨਾਉਣਾ ਬਣਦਾ ਹੈ। ਕਿਉਂਕਿ ਪਠਾਨਕੋਟ ਪੁਲਿਸ ਨੇ ਕੰਮ ਹੀ ਅਜਿਹਾ ਕੀਤਾ ਹੈ, ਇੱਕ ਬੱਚੇ ਨੂੰ ਉਸਦੇ ਪਰਿਵਾਰ ਨਾਲ ਜੋ ਮਿਲਾ ਦਿੱਤਾ ਹੈ। ਦਰਅਸਲ ਬੀਤੇ ਦਿਨੀ ਪਠਾਨਕੋਟ ਤੋਂ ਦਿਨ ਦਿਹਾੜੇ ਇੱਕ 7 ਸਾਲਾਂ ਦੇ ਮਾਸੂਮ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ। ਪੂਰੀ ਵਾਰਦਾਤ CCTV ਕੈਮਰਿਆਂ 'ਚ ਕੈਦ ਹੋ ਗਈ ਸੀ। ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਵੇਂ ਕਿਡਨੈਪਰ ਬੱਚੇ ਨੂੰ ਕਾਰ 'ਚ ਖਿੱਚ ਲੈਂਦੇ ਨੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਪਰਿਵਾਰ ਦੇ ਕੋਲੋਂ 2 ਕਰੋੜ ਦੀ ਫਿਰੌਤੀ ਮੰਗੀ ਜਾਂਦੀ ਹੈ। ਸਹਿਮਿਆ ਪਰਿਵਾਰ ਪੁਲਿਸ ਕੋਲ ਮਦਦ ਦੀ ਗੁਹਾਰ ਲਾਉਂਦਾ ਹੈ ਅਤੇ ਪੁਲਿਸ ਫੌਰਨ ਐਕਸ਼ਨ 'ਚ ਆ ਜਾਂਦੀ ਹੈ, ਬੱਚੇ ਨੂੰ ਰੈਸਕਿਊ ਕਰਨ 'ਚ ਜੁੜ ਜਾਂਦੀ ਹੈ। ਹਿਮਾਚਲ ਪੁਲਿਸ ਦੀ ਵੀ ਮਦਦ ਲਈ ਜਾਂਦੀ ਹੈ ਕਿਉਂਕਿ ਮੁਲਜ਼ਮ ਬੱਚੇ ਨੂੰ ਹਿਮਾਚਲ ਲੈ ਗਈ ਸੀ ਅਤੇ ਚੰਦ ਘੰਟਿਆਂ 'ਚ ਹੀ ਬੱਚੇ ਨੂੰ ਸਹੀ ਸਲਾਮਤ ਰੈਸਕਿਊ ਕਰ ਪਰਿਵਾਰ ਨੂੰ ਸੌਂਪ ਦਿੱਤਾ ਜਾਂਦਾ ਹੈ। ਜੀ ਕਾਲ ਆਈ ਥੀ ਘਰ ਸੇ ਕਿ ਇੱਕਦਮ ਸੇ ਬੱਚੇ ਕੋ ਕੋਈ ਉਠਾ ਕੇ ਲੈ ਗਿਆ ਔਰ ਡੈਫੀਨੇਟਲੀ ਬੀਇੰਗ ਅ ਫਾਦਰ ਮੇਰਾ ਪੈਨਿਕ ਹੋਣਾ ਬਣਤਾ ਥਾ। ਮੈਂ ਇੱਕਦਮ ਸੇ ਘਬਰਾਇਆ, ਮੈਂ ਭਾਗਾ ਗਾੜੀ ਲੈ ਕੇ। ਜਬ ਮੈਂ ਘਰ ਕੇ ਪਾਸ ਪਹੁੰਚਾ ਤੋ ਬਹੁਤ ਜ਼ਿਆਦਾ ਰਸ਼ ਪੜ ਗਿਆ ਹੁਆ ਥਾ, ਐਵਰੀਬਡੀ ਵਾਜ਼ ਪੈਨਿਕ ਔਰ ਉਹਨੇ ਰੈਨਸਮ ਕੇ ਲੀਏ ਡਿਮਾਂਡ ਕੀ ਥੀ, ਇੱਕ ਲੈਟਰ ਫੈਂਕ ਕੇ ਗਏ ਥੇ 2 ਕਰੋੜ ਰੁਪਇਆ ਔਰ ਆਪਣੇ ਬੱਚਾ ਅਗਰ ਬੱਚਾ ਚਾਹੀਏ ਤੋ ਪੈਸੇ ਦੇ ਦਿਓ, ਅਗਰ ਪੈਸੇ ਰੱਖਣੇ ਤੋਂ ਬੱਚਾ ਨਹੀਂ ਮਿਲੇਗਾ। ਮੇਰਾ ਬੇਟਾ ਬਿਲਕੁਲ ਸਹੀ ਸਲਾਮਤ ਇਹਨੇ ਮੇਰੇ ਤੱਕ ਵਾਪਿਸ ਪਹੁੰਚਾ ਦੀ ਆਪਣੀ ਕਮਿਟਮੈਂਟ ਕੇ ਹਿਸਾਬ ਸੇ ਕਿ ਬਾਦਲ ਭਾਈ ਆਪ ਟੈਂਸ਼ਨ ਮਤ ਲਓ, ਹਮ ਆਪਕੇ ਬੱਚੇ ਕੋ ਲੈ ਕੇ ਆਏਂਗੇ ਔਰ ਵੋ ਬਿਲਕੁਲ ਠੀਕ ਹੈ। ਥੈਂਕ ਯੂ ਸੋ ਮਚ। ਪੁਲਿਸ ਵੱਲੋਂ ਹਿਮਾਚਲ ਦੇ ਨੂਰਪੁਰ ਤੋਂ 2 ਕਿਡਨੈਪਰਾਂ ਨੂੰ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਕਿਡਨੈਪਰਾਂ 'ਚੋਂ ਇੱਕ BSF ਦਾ ਇੱਕ ਡਿਸਮਿਸ ਕੀਤਾ ਹੋਇਆ ਕਾਂਸਟੇਬਲ ਹੈ। ਫਿਲਹਾਲ ਪੀੜਤ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਪਰਿਵਾਰ ਪੁਲਿਸ ਦਾ ਧੰਨਵਾਦ ਕਰ ਰਿਹਾ ਹੈ। ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ। ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਨੂੰ ਪੂਰਾ ਸਪੋਰਟ ਕੀਤਾ, ਸਾਡੀ ਪੂਰੀ ਹੈਲਪ ਕੀਤੀ। ਹੁਣ ਵੀ ਅਸੀਂ ਜਦੋਂ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ 'ਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ, ਇਹਨਾਂ ਦੋਨਾਂ ਨੇ ਇਹਦੇ 'ਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਕਿਹੜੇ ਕੌਣ ਬੰਦੇ ਇਹਦੇ ਵਿੱਚ ਇਨਵੋਲਵ ਹੈਗੇ ਆ। ਅਮਿਤ ਰਾਣਾ ਇੱਕ ਐਕਸ BSF ਕੌਂਸਟੇਬਲ ਆ, ਉੱਥੋਂ ਡਿਸਮਿਸ ਹੋਇਆ ਹੋਇਆ, ਉਹਦੇ ਖਿਲਾਫ਼ ਹੋਰ ਵੀ FIR ਕੇਸਿਸ ਰਜਿਸਟਰਡ ਹੈਗੀਆਂ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਤਫਤੀਸ਼। ਜੀ ਹਾਂ, ਪੁਲਿਸ ਦੇ ਐਕਸ਼ਨ ਅਤੇ ਪੁਲਿਸ ਦੀ ਸੂਝਬੂਝ ਦਾ ਹੀ ਇਹ ਨਤੀਜਾ ਸੀ ਕਿ ਬੱਚੇ ਨੂੰ ਸਹੀ ਸਲਾਮਤ ਰੈਸਕਿਊ ਕਰ ਲਿਆ ਗਿਆ, ਪਰਿਵਾਰ ਨੂੰ ਸੌਂਪ ਦਿੱਤਾ ਗਿਆ, ਨਹੀਂ ਤਾਂ ਸ਼ਾਇਦ ਕੋਈ ਮੰਦਭਾਗਾ ਭਾਣਾ ਵੀ ਵਾਪਰ ਸਕਦਾ ਸੀ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ 'ਚ ਅੱਗੇ ਦੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਅਤੇ ਪਰਿਵਾਰ ਦੇ ਵੱਲੋਂ ਵਾਰ ਵਾਰ ਪੁਲਿਸ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਪਠਾਨਕੋਟ ਤੋਂ ਮੁਕੇਸ਼ ਸੈਣੀ ਦੀ ਰਿਪੋਰਟ, ABC ਨਿਊਜ਼।